ਧਰਮਸ਼ਾਲਾ ਸਮਾਰਟ ਸਿਟੀ ਦੇ ਰੂਪ ਵਿੱਚ ਵਿਕਸਿਤ ਹੋਣ ਜਾ ਰਿਹਾ ਹੈ। ਅਜੇ ਵਿੱਚ ਨਗਰ ਨਿਗਮ ਧਰਮਸ਼ਾਲਾ ਵਿੱਚ ਮਹਿਲਾ ਅਤੇ ਘਰੇਲੂ ਹਿੰਸਾ ਰੋਕਣ ਦੇ ਲਈ ਕਾਉਂਸਲਿੰਗ ਸੈਂਟਰ ਖੋਲ੍ਹੇ ਜਾ ਰਹੇ ਨੇ। ਸਮਾਰਟ ਸਿਟੀ ਦੀ ਦੌੜ ਵਿੱਚ ਸ਼ਾਮਲ ਧਰਮਸ਼ਾਲਾ ਵਿੱਚ ਨਗਰ ਨਿਗਮ ਨੇ ਇੱਕ ਨਵੀਂ ਪਹਿਲ ਕੀਤੀ ਹੈ। ਔਰਤਾਂ ਤੇ ਘਰੇਲੂ ਹਿੰਸਾ ਨੂੰ ਰੋਕਣ ਦੇ ਲਈ ਇੱਥੇ ਕਾਉਂਸਲਿੰਗ ਸੈਂਟਰ ਖੋਲ੍ਹੇ ਜਾਣ ਦੀ ਯੋਜਨਾ ਬਣਾਈ ਗਈ ਹੈ, ਜਿੱਥੇ ਔਰਤਾਂ ਘਰੇਲੂ ਹਿੰਸਾ ਦੀ ਸ਼ਿਕਾਇਤ ਕਰ ਸਕਣਗੀਆਂ, ਜਿਸ ਦੇ ਬਾਅਦ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਏਗੀ। ਤੋ ਹਮੇ ਲਗਤਾ ਕਿ ਕਿਉਂ ਨਾ ਮਿਊਨਿਸਪਲ ਕਾਰਪੋਰੇਸ਼ਨ ਮੇਂ ਹਮ ਲੋਗ ਇੱਕ ਐਸਾ ਸੈਟਅਪ ਲੋਗੋਂ ਕੋ ਦੇ, ਇੱਕ ਐਸਾ ਪਲੇਟਫਾਰਮ ਉਨ ਮਹਿਲਾਓਂ ਕੋ ਦੇ ਜੋ ਆਪਣੀ ਬਾਤ ਬਿਨਾਂ ਕਿਸੇ ਭਏ ਕੇ ਉਸ ਪਲੇਟਫਾਰਮ ਮੇਂ ਆ ਕੇ ਰੱਖੇ। ਰਜਨੀ ਵਿਆਸ ਦੇ ਮੁਤਾਬਕ ਸੈਂਟਰ ਬਣਾਉਣ ਦੇ ਲਈ ਨਿਗਮ ਦੇ ਹਾਊਸ ਵਿੱਚ ਮਤਾ ਵੀ ਪਾਸ ਕਰ ਦਿੱਤਾ ਗਿਆ, ਜਿਸ ਦੇ ਲਈ ਆਉਣ ਵਾਲੇ ਬਜਟ ਦੇ ਵਿੱਚ ਅਲੱਗ ਤੋਂ ਤਜਵੀਜ਼ ਕੀਤੀ ਜਾਏਗੀ। ਜੋ ਮਹਿਲਾਓਂ ਕੇ ਫੈਮਿਲੀ ਡਿਸਪਿਊਟ ਹੈ ਵਹੀ ਨਹੀਂ ਹੋਂਗੇ, ਇਸਕੇ ਇਲਾਵਾ ਵੀ ਅਗਰ ਕੋਈ ਵੀ ਮਹਿਲਾ ਜਾਂ ਕੋਈ ਵੀ ਪੁਰਸ਼ ਜਿਸਕਾ ਕੋਈ ਕਿਸੇ ਵੀ ਤਰ੍ਹਾਂ ਕਾ ਮੈਟਰ ਹੈ, ਕਿਉਂਕਿ ਛੋਟੇ ਛੋਟੇ ਮੈਟਰ ਹੋਤੇ ਹੈ ਔਰ ਹਰ ਮੈਟਰ ਕੋ ਲੈ ਕੇ ਲੋਕ ਪੁਲਿਸ ਥਾਣੇ ਨਹੀਂ ਜਾਤੇ ਹੈ, ਔਰ ਲੋਕੋਂ ਕਾ ਇਹ ਵੀ ਮਾਨਨਾ ਕਿ ਪੁਲਿਸ ਥਾਣੇ ਜਾਂ ਕੋਰਟ ਮੇਂ ਜਾਣੇ ਸੇ ਮੈਟਰ ਜੋ ਵੋ ਔਰ ਜ਼ਿਆਦਾ ਲੰਬੇ ਚਲਤੇ ਔਰ ਖਿੱਚਦੇ ਔਰ ਖਰਾਬ ਹੋਤੇ ਹੈ। ਇਹ ਕਾਉਂਸਲਿੰਗ ਸੈਂਟਰ ਨਗਰ ਨਿਗਮ ਦਫ਼ਤਰ ਚਰਾਨ ਮੰਡੀ ਸਬਜ਼ੀ ਮੰਡੀ ਵਿੱਚ ਬਣੇਗਾ, ਜਿੱਥੇ ਕਾਉਂਸਲਿੰਗ ਦੇ ਲਈ ਔਰਤਾਂ ਖਿਲਾਫ ਹਿੰਸਾ ਨੂੰ ਲੈ ਕੇ ਕੰਮ ਕਰਨ ਵਾਲੀਆਂ ਤਜਰਬੇਕਾਰ ਸੋਸ਼ਲ ਵਰਕਰਸ ਨੂੰ ਤਰਜੀਹ ਦਿੱਤੀ ਜਾਏਗੀ। ਐਸ ਗੋਪਾਲਪੁਰੀ, ਜ਼ੀ ਮੀਡੀਆ, ਧਰਮਸ਼ਾਲਾ।